दोस्तों सब तो पहला तो प्यार भरी सत श्री अकाल जी। दोस्तों अज की जानकारी बेहद खास है जी। जिवें कि आपां सबनूं पता ही है जी, अमर सिंह चमकीला जी का सुभाव बहुत ही फक्कर सी जी। एक बार जिहड़ा उन्हां नूं मिल लैंदा सी ओह उन्हां दा ही होके रह जांदा सी। जिथे कि अमर सिंह चमकीला ने दौलत शोहरत कमाई है, उत्थे अमर सिंह चमकीला यारियां भी रज के कमा गया। ते इन्हां यारां चों ही एक यार अमर सिंह चमकीले दा अमलोह तो डॉक्टर गुलजार गोरिया। गुलजार गोरिया जी ने बहुत यादां सांझियां कीतियां अमर सिंह चमकीला जी दियां, भावें ओह स्कूटर लैण दी होवे, भावें ओह HRE 1786 गड्डी बारे होवे, भावें ओह अमर सिंह चमकीला जी दे पहले रिवालवर दी होवे। अज थोड़े नाल आही यादां शेयर करते हैं। दोस्तों जिन्हां वीरां ने भी हजे तक चैनल सबसक्राइब नहीं किया ਤਾਂ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਇਹ ਜਾਣਕਾਰੀ ਵੱਧ ਤੋਂ ਵੱਧ ਮਿੱਤਰਾਂ ਕੋਲ ਸ਼ੇਅਰ ਜ਼ਰੂਰ ਕਰਿਆ ਕਰੋ, ਆਪਣੇ ਤੱਕ ਨਾ ਰੱਖਿਆ ਕਰੋ। ਆ ਜਾਓ ਗੱਲਬਾਤ ਸ਼ੁਰੂ ਕਰਦੇ ਹਾਂ। ਅਮਰਜੋਤ ਅਤੇ ਚਮਕੀਲਾ ਜੀ ਮੇਰੇ ਬਹੁਤ ਗੂੜੇ ਮਿੱਤਰ ਸੀ। ਉਹ ਅਕਸਰ ਹੀ ਮੇਰੇ ਘਰ ਆਇਆ ਜਾਇਆ ਕਰਦੇ ਸੀ ਜਦੋਂ ਉਹਨਾਂ ਦਾ ਅਮਲੋਹ ਸਾਈਡ ਕੋਈ ਪ੍ਰੋਗਰਾਮ ਹੁੰਦਾ ਸੀ। ਅਮਰਜੋਤ ਮੈਡਮ ਦਾ ਸੁਭਾਅ ਬਹੁਤ ਹੀ ਵਧੀਆ ਸੀ। ਸਾਡੇ ਬਜ਼ੁਰਗਾਂ ਨੂੰ ਮਹਾਰਾਜਾ ਭੁਪਿੰਦਰ ਸਿੰਘ ਨੇ ਜ਼ਮੀਨਾਂ 'ਤੇ ਕੁਝ ਹੋਰ ਕੀਮਤੀ ਚੀਜ਼ਾਂ ਦਿੱਤੀਆਂ ਹੋਈਆਂ ਸਨ। ਚਮਕੀਲਾ ਜੀ ਨਾਲ ਮੈਂ ਦਿਲੋਂ ਪਿਆਰ ਕਰਦਾ ਸੀ। ਇੱਕ ਵਾਰ ਮੈਂ ਚਮਕੀਲਾ ਜੀ ਨੂੰ ਇੱਕ ਬਹੁਤ ਹੀ ਕੀਮਤੀ ਚੀਜ਼ ਦਿੱਤੀ ਸੀ, ਜਿਸ ਕਰਕੇ ਉਹਨਾਂ ਨੇ ਮੈਨੂੰ 100-100 ਰੁਪਏ ਦੇ 10,000 ਨੋਟਾਂ ਦੀ ਥੱਬੀ ਦਿੱਤੀ ਸੀ। ਇਹਨਾਂ ਨੋਟਾਂ 'ਚੋਂ 100 ਦੇ 5 ਨੋਟ ਮੈਂ ਅੱਜ ਵੀ ਸਾਂਭੇ ਹੋਏ ਨੇ। ਚਮਕੀਲਾ ਮੈਨੂੰ ਇਹ ਕਹਿੰਦਾ ਸੀ ਕਿ ਜਦੋਂ ਤੈਨੂੰ ਕੋਈ ਕੰਮ ਪਵੇ ਤਾਂ ਆਪਣੇ ਯਾਰ ਨੂੰ ਜ਼ਰੂਰ ਯਾਦ ਕਰ ਲਵੀਂ। ਚਮਕੀਲੇ ਵਿੱਚ ਕੋਈ ਹੰਕਾਰ ਨਹੀਂ ਸੀ, ਉਹ ਖੁਸ਼ ਮਿਜ਼ਾਜ ਬੰਦਾ ਸੀ। ਹਰ ਵੇਲੇ ਵੀਰ ਜੀ, ਵੀਰੇ, ਭੈਣ ਜੀ, ਭਾਅ ਜੀ ਕਹਿ ਕੇ ਦੂਜੇ ਨੂੰ ਬੁਲਾਉਂਦਾ ਸੀ। ਜੋ ਵੀ ਉਸਨੂੰ ਇੱਕ ਵਾਰ ਮਿਲ ਲੈਂਦਾ ਸੀ ਦੁਬਾਰਾ ਜ਼ਰੂਰ ਮਿਲਣਾ ਚਾਹੁੰਦਾ ਸੀ। ਚਮਕੀਲਾ ਇੱਕ ਫੱਕਰ ਰੂਹ ਸੀ। ਜਿਨ੍ਹਾਂ ਨੇ ਉਸਨੂੰ ਨਹੀਂ ਦੇਖਿਆ ਉਹਨਾਂ ਦੀ ਜ਼ਿੰਦਗੀ 'ਚ ਕੋਈ ਕਮੀ ਜ਼ਰੂਰ ਰਹਿ ਗਈ ਹੋਵੇਗੀ। ਅਮਰਜੋਤ ਵੀ ਬਹੁਤ ਹਸਮੁੱਖ ਸੀ। ਉਹ ਬਾਬਾ ਫਰੀਦ ਜੀ ਨੂੰ ਬਹੁਤ ਮੰਨਦੀ ਸੀ। ਜਦੋਂ ਕਦੇ ਚਮਕੀਲਾ ਜੀ ਨੇ ਮੇਰੇ ਕੋਲ ਆਉਣਾ ਤਾਂ ਉਹਨਾਂ ਕਹਿਣਾ, ਆ ਜਾ ਅੱਜ ਤੈਨੂੰ ਤੇਰੀ ਭਾਬੀ ਨਾਲ ਮਿਲਾਵਾਂ। ਮੈਂ ਤਾਂ ਲੁਧਿਆਣੇ ਚਮਕੀਲਾ ਜੀ ਨੂੰ ਮਿਲਣ ਉਹਨਾਂ ਦੇ ਦਫ਼ਤਰ ਵੀ ਜਾਂਦਾ ਰਹਿੰਦਾ ਸੀ। ਜਦੋਂ ਉਹਨਾਂ ਅੰਬੈਸਡਰ ਕਾਰ HRE 1786 ਲਈ ਸੀ ਤਾਂ ਉਹਨਾਂ ਨੇ ਮੇਰੇ ਨਾਂ ਹੀ ਕਰਾਈ ਸੀ। ਇੱਕ ਵਾਰ ਜਦੋਂ ਮੈਂ ਉਹਨਾਂ ਦੇ ਦਫ਼ਤਰ ਗਿਆ ਹੋਇਆ ਸੀ ਤਾਂ ਉਹਨਾਂ ਨੇ ਮੈਨੂੰ ਆਖਿਆ, ਡਾਕਟਰ ਆ ਨਵਾਂ ਸਕੂਟਰ ਲੈ ਕੇ ਆਈਏ। ਉਹਨਾਂ ਨੂੰ ਅਸਮਾਨੀ ਰੰਗ ਬਹੁਤ ਹੀ ਵਧੀਆ ਲੱਗਦਾ ਸੀ। ਉਹਨਾਂ ਦੀ ਗੱਡੀ ਦਾ ਵੀ ਰੰਗ ਅਸਮਾਨੀ ਸੀ, ਇਸ ਕਰਕੇ ਉਹਨਾਂ ਸਕੂਟਰ ਦਾ ਵੀ ਰੰਗ ਇਹੀ ਲਿਆ ਸੀ ਅਤੇ ਉਸਦਾ ਨੰਬਰ ਵੀ 1786 ਲਿਆ ਸੀ। ਉਦੋਂ ਸਕੂਟਰ ਡਾਲਰਾਂ 'ਤੇ ਵੀ ਮਿਲ ਜਾਂਦਾ ਸੀ ਅਤੇ ਇਹ ਸਕੂਟਰ ਉਦੋਂ 12,000 ਦਾ ਆਇਆ ਸੀ। ਜਦੋਂ ਚਮਕੀਲੇ ਨੇ ਰਿਵਾਲਵਰ ਖਰੀਦਿਆ ਸੀ ਉਦੋਂ ਮੈਂ ਵੀ ਉਸਦੇ ਨਾਲ ਹੀ ਸੀ। ਫੌਜੀ ਗੰਨ ਹਾਊਸ ਲੁਧਿਆਣੇ ਤੋਂ ਚਮਕੀਲੇ ਨੇ 6,000 ਰੁਪਏ ਦਾ ਰਿਵਾਲਵਰ ਖਰੀਦਿਆ ਸੀ ਜਿਸ ਦੇ ਨੰਬਰ ਦੇ ਮਗਰ 86 ਲੱਗਦਾ ਸੀ। ਚਮਕੀਲਾ ਬੀੜੀ ਪੀਣ ਦਾ ਬਹੁਤ ਸ਼ੌਕੀਨ ਸੀ ਪਰ ਉਹ ਅਮਰਜੋਤ ਤੋਂ ਚੋਰੀ ਕਦੇ ਵੀ ਨਹੀਂ ਪੀਂਦਾ ਸੀ। ਉਸ ਸਮੇਂ ਚਮਕੀਲੇ ਨੂੰ ਕਲਾਕਾਰਾਂ ਨੇ ਲੱਚਰ ਗਾਇਕ ਕਹਿ ਕੇ ਬਦਨਾਮ ਕੀਤਾ ਹੋਇਆ ਸੀ, ਜਿਸ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਲੋਕ ਸਿਰਫ ਚਮਕੀਲੇ ਨੂੰ ਹੀ ਜ਼ਿਆਦਾ ਬੁੱਕ ਕਰਦੇ ਸੀ। ਚਮਕੀਲਾ ਕਹਿੰਦਾ ਹੁੰਦਾ ਸੀ, ਜਦੋਂ 1,000 ਕੰਜਰੀ ਮਰ ਜਾਂਦੀ ਹੈ ਉਦੋਂ ਕਲਾਕਾਰ ਜੰਮਦਾ ਹੈ। ਮੈਂ ਇਹਨਾਂ ਸਾਰੇ ਲੁੱਚਿਆਂ ਦਾ ਪੀਰ ਹਾਂ, ਮੈਂ ਨਹੀਂ ਇਹਨਾਂ ਨੂੰ ਲਾਗੇ ਲੱਗਣ ਦੇਣਾ। ਉਸ ਸਮੇਂ ਦੇ ਕਈ ਕਲਾਕਾਰ ਤਾਂ ਲੋਕਾਂ ਦੇ ਪ੍ਰੋਗਰਾਮ ਬੁੱਕ ਕਰਕੇ ਜਾਂਦੇ ਹੀ ਨਹੀਂ ਸੀ ਜਾਂ ਉਸ ਘਰ ਅਖਾੜਾ ਲਾਉਣ ਚਲੇ ਜਾਂਦੇ ਸੀ ਜਿੱਥੇ ਵੱਧ ਪੈਸਿਆਂ 'ਚ ਪ੍ਰੋਗਰਾਮ ਬੁੱਕ ਹੁੰਦਾ ਸੀ। ਪਰ ਚਮਕੀਲੇ 'ਚ ਅਜਿਹਾ ਗੁਣ ਸੀ ਕਿ ਜਦੋਂ ਕੋਈ ਉਸਦੀ ਗੈਰ ਹਾਜ਼ਰੀ 'ਚ ਦਫ਼ਤਰ 'ਚ ਵੱਧ ਪੈਸੇ ਦੇ ਕੇ ਪ੍ਰੋਗਰਾਮ ਬੁੱਕ ਕਰਵਾ ਕੇ ਜਾਂਦਾ ਸੀ ਤਾਂ ਉਹ ਵਾਧੂ ਪੈਸੇ ਉਹਨਾਂ ਦੇ ਘਰ ਵਾਪਸ ਮੋੜ ਕੇ ਆਉਂਦਾ ਸੀ। ਜਿਸ ਨੂੰ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਸ ਨੂੰ ਜੱਫੀ ਪਾ ਕੇ ਜ਼ਰੂਰ ਮਿਲਦਾ ਸੀ। ਆਖਰੀ ਵਾਰ ਉਹ ਉਦੋਂ ਸਾਡੇ ਘਰ ਆਏ ਤਾਂ ਉਦੋਂ 5 ਵਜੇ ਦਾ ਸਮਾਂ ਸੀ ਅਤੇ ਮੇਰੇ ਦਾਦੀ ਜੀ ਨਮਾਜ਼ ਪੜ੍ਹ ਰਹੇ ਸੀ। ਅਸੀਂ ਉਸ ਦਿਨ ਛੋਲਿਆਂ ਦਾ ਸਾਗ ਬਣਾਇਆ ਹੋਇਆ ਸੀ ਅਤੇ ਨਾਲ ਰੋਟੀਆਂ ਵੀ ਪਕਾਈਆਂ ਹੋਈਆਂ ਸੀ। ਮੇਰੀ ਦਾਦੀ ਜੀ ਨੇ ਦੋਵਾਂ ਨੂੰ ਰੋਟੀ ਖਾਣ ਲਈ ਕਿਹਾ ਸੀ। ਚਮਕੀਲਾ ਆਖਦਾ ਸੀ, ਮੈਂ ਤਾਂ ਬੀਬੀ ਕੋਲ ਬੈਠੂੰਗਾ, ਤੁਸੀਂ ਅਮਰਜੋਤ ਨੂੰ ਰੋਟੀ ਖਵਾ ਦਿਓ। ਦਾਦੀ ਜੀ ਨੇ ਉਸਨੂੰ ਮੂੜਾ ਲੈ ਕੇ ਬੈਠਣ ਨੂੰ ਕਿਹਾ ਸੀ। ਇੱਥੋਂ ਹੀ ਉਸਨੇ ਗੀਤ ਆਈਡੀਆ ਲਿਆ ਸੀ ਜੋ ਉਹ ਅਖਾੜਿਆਂ ਵਿੱਚ ਅਕਸਰ ਗਾਉਂਦਾ ਹੁੰਦਾ ਸੀ ਪਰ ਰਿਕਾਰਡ ਨਹੀਂ ਕਰਵਾ ਸਕਿਆ। ਗੀਤ ਦੇ ਬੋਲ ਸੀ, ਵੇ ਮੂੜਾ ਲੈ ਕੇ ਬਹਿ ਜਾ ਮਿੱਤਰਾ, ਤੇਰੇ ਮੂੰਹ 'ਚ ਬੁਰਕੀਆਂ ਪਾਵਾਂ। ਅਮਰਜੋਤ ਅਤੇ ਚਮਕੀਲਾ ਬੰਬੇ ਵਿਸਾਖੀ 'ਤੇ ਵੀ ਪ੍ਰੋਗਰਾਮ ਕਰਨ ਜਾਂਦੇ ਸੀ। ਧਰਮਿੰਦਰ ਅਤੇ ਦਾਰਾ ਸਿੰਘ ਉਹਨਾਂ ਨੂੰ ਹਰ ਵਾਰ ਉੱਥੇ ਬੁਲਾਉਂਦੇ ਸੀ।
अप्रैल 1988 की विसाखी नूं तां मैं भी चमकीला जी नाल जाण दी पूरी तैयारी कीती हुई सी, पर 8 मार्च 1988 नूं ओह सानूं सारिआं नूं छड्ड के चले गए। चमकीले दा कतल एक सोची समझी साजिश तहत होया सी। जो परचा ओह चमकीले नूं मारन तों बाद उत्थे रख के गए सी ओह चोरी कीता होया सी, ते जनरल लाभ सिंह ने इस वारदात लई अपनी जिम्मेवारी नहीं लई सी। मारन वाले चार जने जीप ते आए सी ते फिर उन्हां तों स्कूटर खो के इस वारदात नूं अंजाम दित्ता सी। मेरी दादी जी जो अमरजोत ते चमकीले नूं उन्हां दे मरन तों बाद हर रोज़ याद करके रोंदे सी, ओह भी कुछ महीनों बाद चल बसे सी। मैनू अमरजोत ते चमकीला जी का सुपना हफ्ते च एक बार जरूर आउंदा है। मैं तो परमात्मा नूं कहना चाहुंदा हाँ कि जदों भी मेरे घर बेटे का जन्म होवे तां उसनूं चमकीला जी दे रूप दे के जरूर भेजी। बहुत बहुत धन्यवाद दोस्तों, हाजिर हुंदे आ एक होर वीडियो लैके। भाई जी इत्थे एक छोटी जी इनफॉर्मेशन तुहाडे नाल सांझी करन लग्गे। मार्केट दे विच अमर सिंह चमकीला जी की जिंदगी दे आधारित दो किताबां आईयां जी। पहली का नाम है आवाजां अमर रहणगियां, ते दूजी हैगी है जी पंजाबी सभ्याचार दे अनमोल रतन। ये दोवें किताबां मेरे बड़े भाई शमशेर सिंह सोही जी ने लिखियां, जिन्हां दी कि पहली किताब अमरजोत दे आखरी बोल नूं तुसीं बहुत प्यार दित्ता सीगा। भाई जी का नंबर थले डिस्प्ले हो रहा जी, तुसीं इन्हां नाल कंटैक्ट करके अपना एड्रेस इन्हां नूं भेज के किताबां अपने घरे मंगवा सकते।